ਬਹੁਤ ਬਹੁਤ ਤੈਂ ਦਿਲ ਤੋਂ ਸ਼ੁਕਰੀਆ ਕਾਦੀਆਂ ਵਾਲਿਆਂ ਦਾ। ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ, ਛੋਟੇ ਬੱਚੇ, ਗਰਮੀ ਦੇ ਬਾਵਜੂਦ ਇੰਨੀ ਭਾਰੀ ਗਿਣਤੀ 'ਚ ਤੁਸੀਂ ਇੱਥੇ ਕਈ ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਹੋ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ, ਤੁਸੀਂ ਇੰਨੀ ਸ਼ਿੱਦਤ ਨਾਲ ਇੱਥੇ ਬੈਠੇ ਹੋ, ਤੁਸੀਂ ਕਿਸੇ ਉਮੀਦ ਨਾਲ ਆਏ ਹੋ, ਤੁਸੀਂ ਪੰਜਾਬ ਨੂੰ ਰੰਗਲਾ ਦੇਖਣ ਦੀ ਇੱਛਾ ਲੈ ਕੇ ਆਏ ਹੋ, ਤੁਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਇਰਾਦਾ ਲੈ ਕੇ ਆਏ ਹੋ, ਮੈਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਘਰੋਂ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਲਈ ਬਹੁਤ ਹਿੰਮਤ ਦਾ ਕੰਮ ਕਰੂਗਾ, ਸਾਡੀਆਂ ਥਕਾਵਟਾਂ ਲਾਹੂਗਾ ਕਿ ਜਦੋਂ ਤੁਸੀਂ ਇੰਨੀ ਭਾਰੀ ਗਿਣਤੀ 'ਚ ਆਉਂਦੇ ਹੋ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ 'ਤੇ ਵਿਰਾਜਮਾਨ ਸਾਡੀ ਗੁਰਦਾਸਪੁਰ ਦੀ ਟੀਮ, ਬੈਲ ਸਾਹਿਬ, ਸੇਖਵਾਂ ਸਾਹਿਬ, ਤੁਹਾਡੇ ਆਪਣੇ ਚੇਅਰਮੈਨ, ਤੁਹਾਡੇ ਪਾਰਟੀ ਦੇ ਸਾਰੇ, ਸਾਡੇ ਕੈਬਨਿਟ ਦੇ ਕਟਾਰੂ ਚੱਕ ਜੀ ਬੈਠੇ ਨੇ, ਸਾਡੇ ਸ਼ਮਸ਼ੇਰ ਜੀ, ਸਾਡੇ ਸਾਰੇ, ਤੁਹਾਡੇ ਉਮੀਦਵਾਰ ਕਲਸੀ ਜੀ, ਸਲਾਰੀਆ ਸਾਹਿਬ, ਹੋਰ ਬਹੁਤ ਸਾਰੇ ਐਸੇ ਨੇਤਾ ਜਿਹੜੇ ਤੁਹਾਡੇ 'ਚ ਦਿਨ ਰਾਤ ਰਹਿੰਦੇ ਨੇ ਔਰ ਤੁਹਾਡੀਆਂ ਸਮੱਸਿਆਵਾਂ ਨੂੰ ਜਾਂ ਤਾਂ ਮੇਰੇ ਤੱਕ ਪਹੁੰਚਾਉਂਦੇ ਨੇ ਜਾਂ ਸਮੱਸਿਆਵਾਂ 'ਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਨੇ। ਵੀਰੋ, ਕੋਈ ਨਿੰਦਿਆ ਚੁਗਲੀ ਨਹੀਂ ਕਰਨ ਆਇਆ ਮੈਂ ਇੱਥੇ ਕਿਸੇ ਦੀ, ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿ ਆਪਾਂ ਇਦੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਾਡੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ। ਤੁਸੀਂ ਦੇਖ ਲਓ, ਜਦੋਂ ਪੋਸਟਰ ਛਾਪਿਆ ਜਾਂਦਾ ਚੋਣਾਂ ਦਾ ਤਾਂ ਉਹਦੇ 'ਤੇ ਲਿਖਿਆ ਹੁੰਦਾ ਉਮੀਦਵਾਰ, ਮਤਲਬ ਜੀ ਤੋਂ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ। ਤੋ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਤੁਹਾਡੀਆਂ ਉਮੀਦਾਂ ਤਾਂ ਨਹੀਂ ਪੂਰੀਆਂ ਕੀਤੀਆਂ, ਆਪਣੇ ਪਰਿਵਾਰਾਂ ਦੀਆਂ ਜ਼ਰੂਰ ਕਰ ਲਈਆਂ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਜ਼ਰੂਰ ਕਰ ਲਈਆਂ। ਤੁਹਾਨੂੰ ਸਮਝ ਲਿਆ ਭੇਡਾਂ ਬੱਕਰੀਆਂ ਵਾਂਗੂ, ਪੰਜ ਸਾਲ ਇੱਧਰ ਹੱਕ ਲਓ, ਪੰਜ ਸਾਲ ਇੱਧਰ ਹੱਕ ਲਓ, ਹੁਣ ਮੈਂ ਇੱਧਰ ਆ ਗਿਆ ਜੀ, ਹੁਣ ਮੇਰੇ ਨਾਲ ਇੱਧਰ ਆਓ, ਹੁਣ ਮੈਂ ਇੱਧਰ ਆ ਗਿਆ ਜੀ, ਹੁਣ ਮੇਰੇ ਨਾਲ ਇੱਧਰ ਆਓ, ਹੁਣ ਮੈਂ ਆਹ ਬਣ ਗਿਆ ਜੀ, ਮੇਰੇ ਪੋਸਟਰ ਲਾਓ, ਹੁਣ ਮੈਂ ਉਹ ਬਣ ਗਿਆ ਜੀ, 10 ਬੱਸਾਂ ਭਰ ਕੇ ਲਿਆਓ। ਲੋਕਾਂ ਨੂੰ ਤਾਂ ਖਰਚੇ ਦਾ ਘਰ ਹੀ ਹੁੰਦੇ ਨੇ ਇਹ ਸਾਰੇ, ਕਿੱਥੋਂ ਭਰਨ ਬੱਸਾਂ। ਚਲੋ ਜੇ ਮਿਹਨਤੀ ਕੁਛ ਵਲੰਟੀਅਰ ਹੁੰਦੇ ਨੇ, ਉਮੀਦ ਹੁੰਦੀ ਆ ਉਹਨਾਂ ਨੂੰ ਵੀ, ਕੋਈ ਗੱਲ ਨਹੀਂ, ਜਿੱਦੇ ਕਿਤੇ ਛਾਂ, ਹੁਣ ਧੁੱਪੇ ਹਾਂ, ਜਿੱਦੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਵੇਂ ਜਾਣ ਦਾ ਮੌਕਾ ਮਿਲੂ ਨਾ, ਕੰਮ ਕਰਾਉਣ ਨੂੰ, ਬੱਸਾਂ ਭਰਾਉਣ ਨੂੰ, ਨਾਰੇ ਲਵਾਉਣ ਨੂੰ, ਵਲੰਟੀਅਰ ਅਤੇ ਵਰਕਰ। ਅਤੇ ਜਦੋਂ ਛਾਵੇਂ ਜਾਣ ਦਾ ਟਾਈਮ ਆਉਂਦਾ ਉਦੋਂ ਸਾਡੇ ਪੁੱਤ ਭਤੀਜੇ ਸਾਲੇ ਜੀਜੇ ਆਪਦੇ ਹੀ ਰਿਸ਼ਤੇਦਾਰ ਸਾਰੇ, ਬਸ ਉਦੋਂ ਨਹੀਂ ਕੋਈ। ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟੇ ਹੈ। ਜਦੋਂ 1.5 ਕਰੋੜ ਦੀਆਂ ਗੱਡੀਆਂ ਜਾਂਦੇ ਹੈ ਤਾਂ ਉਮੀਦਵਾਰ 1.5 ਕਰੋੜ ਦੀ ਗੱਡੀ ਜਦੋਂ ਜਾਂਦੇ ਹੈ, ਤੁਹਾਡੇ MLA, ਤੁਹਾਡੇ
ਤੁਹਾਡੇ LOP ਤਾਂ ਜਿਹੜੇ ਲੋਕ ਨੇ ਵਰਕਰ ਵਲੰਟੀਅਰ ਨੂੰ ਕਹਿੰਦੇ ਯਾਰ ਸਾਡਾ ਕੀ ਕਸੂਰ ਹੈ, ਅਸੀਂ ਸਾਈਕਲ ਸਕੂਟਰ 'ਤੇ ਫਿਰਦੇ ਹਾਂ, ਇਹ ਸਾਡੇ ਕਰਕੇ ਆਪ ਇਹ 1.5 ਕਰੋੜ ਦੀਆਂ ਗੱਡੀਆਂ 'ਤੇ ਫਿਰਦੇ ਨੇ ਵੀਰੋ। ਫਿਰ ਜਦੋਂ ਹਾਰ ਜਾਂਦੇ ਨੇ ਫਿਰ ਇਹ ਦੂਜਿਆਂ 'ਚ ਨੁਕਸ ਕੱਢਦੇ ਆ ਕਿ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ, ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ 'ਚ। ਮੈਂ ਕਿਹਾ ਮੋਬਾਈਲ ਠੀਕ ਕਰਨ ਵਾਲੇ ਨਹੀਂ ਆਏ, ਇਕੱਲੇ ਦਿਮਾਗ ਠੀਕ ਕਰਨ ਵਾਲੇ ਵੀ ਆਏ ਨੇ। ਇਹ ਭਗਵੰਤ ਮਾਨ ਤਾਂ 400-500 ਰੁਪਈਆ ਲੈ ਕੇ ਦਿਹਾੜੀ 'ਤੇ ਕੰਮ ਕਰਦਾ ਸੀ ਕਿਸੇ ਕਲਾਕਾਰ ਨਾਲ, ਅਤੇ ਵੀ ਆਪਣੀ ਕਲਾ ਨਾਲ ਆਪਣੀ ਕਿਰਤ ਨਾਲ ਕਾਮਯਾਬ ਹੋਣਾ ਕੋਈ ਮਾੜੀ ਗੱਲ ਹੈ ਜੀ? ਉੱਥੋਂ ਉੱਠ ਕੇ ਆਏ ਪਿੰਡਾਂ 'ਚੋਂ ਆਪਣੀ ਕਲਾ ਨਾਲ, ਭਗ ਰੱਬ ਨੇ ਜੋ ਦਾਤ ਬਖਸ਼ੀ ਥੋੜ੍ਹੀ ਬਹੁਤ ਉਹਦੇ ਨਾਲ ਪੂਰੀ ਦੁਨੀਆ 'ਚ ਮਸ਼ਹੂਰੀ ਖੱਟੀ, ਇਹ ਮਾੜੀ ਗੱਲ ਹੈ ਜੀ? ਕੋਈ ਮੋਬਾਈਲ ਫੋਨਾਂ ਦੀ ਰਿਪੇਅਰ ਦੀ ਦੁਕਾਨ ਕਰਨੀ ਮਾੜੀ ਗੱਲ ਹੈ ਜੀ? ਇਹ ਸਾਨੂੰ ਕਹਿੰਦਾ ਬਾਜਵਾ ਇਹ ਕਿੱਥੋਂ ਆ ਗਿਆ ਇਹੋ ਜਿਹਾ ਮਟੀਰੀਅਲ, ਅਤੇ ਦੂਜਾ ਸੁਖਬੀਰ ਬਾਦਲ ਉਹ ਕਹਿੰਦਾ ਸਾਰੇ ਮਲੰਗ ਨੇ। ਅਸੀਂ ਕਿਹਾ ਕੀਤੇ ਕਿਹਨੇ ਆ ਭਾਈ, ਤੁਸੀਂ ਕੀਤਾ ਮਲੰਗ ਸਾਨੂੰ, ਆਪ ਤੁਸੀਂ ਰਜਵਾੜੇ ਹੋ ਗਏ, ਵੱਡੀਆਂ ਵੱਡੀਆਂ ਨਹਿਰਾਂ ਤੁਹਾਡੇ ਖੇਤਾਂ 'ਚ ਜਾ ਕੇ ਖਤਮ ਹੋ ਜਾਂਦੀਆਂ ਨੇ, ਫਿਰ ਸਾਨੂੰ ਤਾਂ ਪਾਣੀ ਮਿਲਦਾ ਹੀ ਨਹੀਂ, ਉਹ 'ਚੋਂ ਤਾਂ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਜਿਹੜੀ ਨਹਿਰ ਤੁਹਾਡੇ ਪਿੰਡ ਖੇਤ ਨੂੰ ਜਾਂਦੀ ਹੈ, ਅਤੇ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ। ਆ ਇਹਨਾਂ ਦੀ ਬੋਲੀ ਹੈ ਵੀਰੋ, ਕੋਈ ਗਰੀਬ ਜਿੱਤ ਕੇ ਆ ਗਿਆ ਲੋਕਾਂ ਨੇ ਜਿਤਾ ਤਾ, ਨਾ ਜੀ ਕਹਿੰਦੇ, ਐਂ ਕਿਵੇਂ ਆ ਗਿਆ, ਅਸੀਂ ਜਿੱਤਦੇ ਹੁੰਦੇ ਹਾਂ। ਫਿਰ ਮੈਂ ਕਹਿਤਾ ਸੀ, ਮੈਂ ਕਿਹਾ ਮਿਸਟਰ ਬਾਜਵਾ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ, ਹੁਣ ਮੈਂ ਕੀ ਕਰਾਂ ਬਈ, ਮੈਂ ਕੀ ਕਰਾਂ ਜੇ ਉਹਦੀ ਪਾਰਟੀ ਨੇ ਉਹਦੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰਤੀ, ਮੇਰਾ ਕੀ ਕਸੂਰ ਹੈ ਚ ਬਈ? ਅਤੇ ਤੁਸੀਂ ਬਣ ਗਏ ਵੱਡੇ ਰਜਵਾੜੇ, ਪਰ ਸਾਨੂੰ ਇਸ ਗੱਲ 'ਤੇ ਮਾਣ ਹੈ ਅਸੀਂ ਦੇਸ਼ ਨਹੀਂ ਲੁੱਟਿਆ ਹੋਇਆ, ਅਸੀਂ ਕਿਸੇ ਦੇ ਹੱਕ ਨਹੀਂ ਮਾਰੇ ਹੋਏ। ਅਸੀਂ ਦੀਵਾਲੀ ਤੋਂ 1 ਮਹੀਨਾ ਪਹਿਲਾਂ ਆਪਣੀ ਮਾਂ ਦੁਆਰਾ ਕਢਾਏ ਹੋਏ ਆਟੇ ਦੇ ਬਿਸਕੁਟ ਖਾਂਦੇ ਸੀ, ਸੋਨੇ ਦੇ ਬਿਸਕੁਟਾਂ ਦਾ ਕੰਮ ਨਹੀਂ ਕਰਦੇ ਸੀ ਸਾਡੇ ਬਾਪੂ, ਇਹ ਗੱਲ ਯਾਦ ਰੱਖ ਲਿਓ ਕਿ ਸੋਨੇ ਦੇ ਬਿਸਕੁਟਾਂ ਦਾ ਕੰਮ ਕੌਣ ਕਰਦੇ ਸੀ? ਹੱਦ ਹੈ, ਕਿਸੇ ਨੂੰ ਬੰਦਾ ਹੀ ਨਹੀਂ ਸਮਝਦੇ ਯਾਰ, ਫਲਾਨਾ ਖੱਚਰ ਹੈ, ਫਲਾਨਾ ਅਰਬੀ ਘੋੜਾ ਹੈ, ਫਲਾਨਾ ਆ ਹੈ, ਇਹਨਾਂ ਕੋਲ ਇਹ ਤੋਂ ਬਿਨਾਂ ਕੰਮ ਗੱਲ ਹੀ ਕੋਈ ਨਹੀਂ। ਅਸਲ 'ਚ ਪਰਮਾਤਮਾ ਵੀ ਦੇਖਦਾ, ਰੱਬ ਦੇਖਦਾ ਵੀ ਭਾਈ ਧੱਕਾ ਕਿੱਥੇ ਹੋਈ ਜਾਂਦਾ, ਉਹ ਬਹੁਤ ਬਲਵਾਨ ਹੈ, ਸਭ ਨਿਗਾਹ ਉਹਦੀ। ਸਾਡੇ ਕਹਿੰਦਾ ਇੰਨੇ 32-33 MLA ਆਮ ਆਦਮੀ ਪਾਰਟੀ ਦੇ ਸਾਡੇ ਸੰਪਰਕ 'ਚ ਨੇ, ਮੈਂ ਕਿਹਾ ਆਪਦਾ ਭਾਈ ਤਾਂ ਸੰਪਰਕ 'ਚ ਹੈ ਹੀ ਨਹੀਂ। ਇੱਕੋ ਹੀ ਘਰ ਹੈ ਪੰਜਾਬ 'ਚ ਜਿਹਦੇ ਤਹਾਂ ਵਾਲੀ ਮੰਜ਼ਿਲ 'ਤੇ ਭਾਜਪਾ ਦਾ ਝੰਡਾ, ਥੱਲੇ ਵਾਲੀ ਦੇ ਕਾਂਗਰਸ ਦਾ। ਗਲਤੀ ਨਾਲ ਕੋਈ ਵੀ ਪੌੜੀ ਤਹਾਂ ਥੱਲੇ ਹੋ ਗਿਆ, ਪਾਰਟੀ ਬਦਲ ਜੂ। ਸਾਨੂੰ ਸਿਖਾਉਂਦੇ ਹੋ, ਸਾਨੂੰ ਵਫਾਦਾਰੀਆਂ ਸਿਖਾਉਂਦੇ ਹੋ, ਸਾਨੂੰ ਦੇਸ਼ ਭਗਤੀਆਂ ਸਿਖਾਉਂਦੇ ਹੋ,
ਅਸੀਂ ਆਪਦੀ ਮਿਹਨਤ ਨਾਲ ਆਏ ਹੋਏ ਹਾਂ ਇੱਥੇ, ਅਸੀਂ ਲੋਕਾਂ 'ਚ ਗਏ ਹੋਏ ਹਾਂ, ਅਸੀਂ ਲੋਕਾਂ 'ਚੋਂ ਆਏ ਹੋਏ ਹਾਂ, ਅਸੀਂ ਬੋਰ ਵਾਲੇ ਟੋਇਆਂ 'ਚੋਂ ਨਿਕਲੇ ਹੋਏ ਹਾਂ, ਸਾਨੂੰ ਨਾ ਸਿਖਾਓ। ਇਹ ਤੁਹਾਨੂੰ ਲੱਗਦਾ ਹੋਣਾ ਕਿ ਅਸੀਂ ਇਹੀ ਕੰਮ ਕਰਨਾ, ਅਸੀਂ ਤਾਂ ਇੱਕ ਇਹਨਾਂ ਦਾ ਹੋਰ ਪੰਗਾ ਲੀਡਰਾਂ ਦਾ, ਇਹਨਾਂ ਦੇ ਜਿਹੜੇ ਜਵਾਕ ਜੇ ਨੇ ਆ ਸਾਰੇ ਆ ਜਿਹੜੇ, ਜਿਵੇਂ ਸੁਖਬੀਰ ਬਾਦਲ ਹੈ, ਹੁਣ ਵਿਚਾਰਾ ਹੁਣ ਕੀ ਕਰੇ, ਹੁਣ ਜਿੰਨੀ ਕਾਕਲ ਹੈ ਉਨੀ ਕੁ ਬੋਲ ਪੈਂਦਾ ਉਹ, ਹੈ ਨਾ। ਇੱਕ ਤਾਂ ਹੁੰਦਾ ਮੰਦ ਬੁੱਧੀ, ਚਲ ਮੰਦ ਬੁੱਧੀ ਵੀ ਕੋਈ ਬੁੱਧੀ ਤਾਂ ਹੁੰਦੀ ਹੈ, ਉਹ ਤਾਂ ਬੰਦ ਬੁੱਧੀ ਹੈ। ਹੁਣ ਆਪਾਂ ਤਾਂ ਹੋਰ ਵੀ ਕੰਮ ਕਰ ਲਾਂਗੇ, ਆਪਾਂ ਨੂੰ ਤਾਂ ਬਹੁਤ ਕੋਈ ਨਾ ਕੋਈ ਆਪਾਂ ਤਾਂ ਕਰਕੇ ਆਏ ਹੋਏ ਹਾਂ, ਨੋਨ ਪੋਲੀਟੀਕਲ ਬੈਕਗ੍ਰਾਊਂਡ ਤੋਂ ਆਏ ਹੋਏ ਹਾਂ, ਮੋਬਾਈਲ ਠੀਕ ਕਰ ਲਾਂਗੇ, ਕੋਈ ਹੋਰ ਕੰਮ ਕਰ ਲਾਂਗੇ, ਖੇਤੀ ਕਰ ਲਾਂਗੇ। ਆਹ ਲੀਡਰਾਂ ਦੇ ਜਵਾਕਾਂ ਨੂੰ ਕੱਖ ਨਹੀਂ ਕਰਨਾ ਆਉਂਦਾ, ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਹੀ ਪੈਦਾ ਹੋ ਗਏ, ਮੈਨੂੰ ਹੋਰ ਸਿਆਪਾ ਪਿਆ ਹੁਣ ਨਵਾਂ। ਇਹਨਾਂ ਦਾ ਕੀ ਕਰੀਏ ਹੁਣ, ਇਹ ਨਵੀਂ ਕਿਸਮ ਦੇ ਬੇਰੁਜ਼ਗਾਰ ਨੇ। ਕਹਿੰਦੇ ਸਾਨੂੰ ਜਿਤਾਓ, ਕਿਉਂ ਮੈਂ ਜਿਤਾਈਏ, ਲੋਕ ਜਿਤਾਉਣਗੇ, ਮੈਂ ਜਿਤਾਉਣਾ ਜੀ। ਲੋਕਾਂ ਕੋਲ ਜਾਂਦੇ ਨੇ, ਲੋਕ ਛਿੱਤਰ ਕੱਢਦੇ ਨੇ ਮੂਹਰੋਂ, ਆ ਜਾਓ ਕਹਿੰਦੇ ਤੁਹਾਨੂੰ ਹੀ ਉਡੀਕਦੇ ਸੀ। ਆ ਰੋਡ ਸ਼ੋਅ ਕੱਢਣ ਲੱਗਿਆ ਹੋਇਆ ਪੰਜਾਬ ਬਚਾਓ, ਇੱਕ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਪੰਜਾਬ ਕਿਤੋਂ ਬਚਾਈਏ, ਇਸੇ ਤਾਂ ਇਹਨਾਂ ਨੂੰ ਤਾਂ ਬਚਾ ਕੇ ਹਟਿਆ ਹਜੇ ਹੋਣੀ। ਉਹਦੇ ਉੱਤੇ ਛਾਤਰੀ ਲਾ ਰੱਖੀ ਹੈ ਜੀਪ ਜੀ 'ਤੇ, ਵੀ ਕਿਤੇ ਕਾਕਾ ਜੀ ਨੂੰ ਗਰਮੀ ਨਾ ਲੱਗ ਜੇ। ਲੈ ਇਹ ਟੈਂਪਰੇਚਰ ਤਾਪਮਾਨ ਪੁੱਛ ਕੇ ਜਾਂਦੇ ਆ ਇਹ ਪੰਜਾਬ ਦੇ ਵਿੱਚ, ਜੇ ਕਦੇ ਵੋਟਾਂ ਮੰਗਣ ਵੀ ਜਾਣਾ ਹੋਵੇ ਤਾਂ ਤਾਪਮਾਨ ਪੁੱਛ ਕੇ ਜਾਂਦੇ ਆ। ਟੈਂਪਰੇਚਰ, ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ, ਇਟਸ 40 degrees, ਓ ਮਾਈ ਗੋਡ ਇਟਸ ਟੂ ਹੋਟ। ਜਦੋਂ 30 degrees ਹੋਇਆ ਉਦੋਂ ਦੱਸਿਓ, 2 ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ। ਫਿਰ ਇਹ ਨੇ, ਜਿੰਨੇ ਚਿਰ 'ਚ ਇਹ ਤਿਆਰ ਹੁੰਦੇ ਆ ਉਨੇ ਚਿਰ 'ਚ ਮੈਂ 15 ਪਿੰਡ ਕੱਢ ਦਿੰਦਾ, ਕਿਉਂਕਿ ਅਸੀਂ ਕਾਹਦਾ ਥੱਕਣਾ। ਮੈਨੂੰ ਪੱਤਰਕਾਰ ਕਹਿੰਦੇ ਆਪ ਇਤਨੀ ਉਚਾਈ ਪਰ ਚਲੇ ਗਏ ਹੈ, ਮੈਂ ਕਿਹਾ ਅੱਛਾ ਜੀ, ਡਰ ਨਹੀਂ ਲੱਗਦਾ ਆਪਕੋ? ਮੈਨੂੰ ਕਿਹਾ ਕਿਸ ਬਾਤ ਕਾ? ਕਹੀਂ ਨੀਚੇ ਆ ਗਏ ਤੋਂ? ਮੈਂ ਕਿਹਾ 40-40 ਫੁੱਟ ਡੂੰਘੇ ਬੋਰ ਦੇ ਟੋਇਆਂ 'ਚੋਂ ਨਿਕਲ ਕੇ ਆਏ ਹੋਏ ਹਾਂ, ਥੱਲੇ ਤਾਂ ਪਾਣੀ ਹੈ, ਅੱਧੂ ਬਾਅਦ ਥੱਲੇ ਤਾਂ ਹੁਣ ਦੱਸੋ ਕਿੱਥੇ ਜਾਈਏ। ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ, ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ, ਡਰ ਲੱਗਦਾ ਤਾਂ ਨੀਲੀ ਛਤਰੀ ਵਾਲੇ ਤੋਂ ਡਰ ਲੱਗਦਾ, ਬਸ ਉਹਦੀ ਛਤਰ ਛਾਇਆ ਥੱਲੇ ਆ। ਸੋ ਇਹ ਰੋਜ਼ ਡਰਦੇ ਆ, ਇਹ ਕਦੇ ਆਪਦੇ ਬੌਸ ਤੋਂ ਡਰਦੇ ਆ, ਕਦੇ ਇਹਨਾਂ ਦਾ ਕੋਈ ਪੁੱਛਦਾ ਹੈ ਨਹੀਂ। ਮੈਂ ਦੇਖਿਆ ਹੋਇਆ ਸਿਸਟਮ, ਮੇਲੇ 'ਚ ਮਰੂਦਾਂ ਨੂੰ ਕੋਈ ਨਹੀਂ ਪੁੱਛਦਾ ਉੱਥੇ, ਠੀਕ ਆ, ਊਂ ਹੀ ਤੁਰੇ ਫਿਰਦੇ ਰਹਿੰਦੇ, ਇੱਧਰ ਨੂੰ ਲੰਘੇ, ਇੱਧਰ ਨੂੰ ਲੰਘੇ। ਸੋ ਵੀਰੋ, ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ, ਉੱਥੋਂ ਵਾਲਾ ਚੱਕ ਕੇ, ਬਠਿੰਡੇ ਵਾਲਾ ਚੱਕ ਕੇ, ਲੁਧਿਆਣੇ ਮਾਰਿਆ, ਸੰਗਰੂਰ ਵਾਲਾ ਚੱਕ ਕੇ ਅਨੰਦਪੁਰ ਸਾਹਿਬ ਮਾਰਿਆ, ਖਡੂਰ ਸਾਹਿਬ ਵਾਲਾ ਚੱਕ ਕੇ ਸੰਗਰੂਰ ਮਾਰਿਆ। ਇਹਨੂੰ ਆਪਸ 'ਚ ਨਹੀਂ ਪਤਾ ਲੱਗਦਾ ਕਿੱਧਰੋਂ ਕਿਹਨੂੰ ਕੀ ਕਰੀਏ। ਬਈ ਲੋਕਲ ਬੰਦੇ ਆ, ਦੇਖੋ ਹੁਣ ਸ਼ਹਿਰੀ ਕਲਸੀ ਤੁਹਾਡਾ ਆਪਣਾ ਜਵਾਕ ਹੈ, ਤੁਹਾਡਾ ਆਪਣਾ ਪੁੱਤ ਹੈ, ਜਦੋਂ ਮਰਜ਼ੀ ਜਾ ਕੇ ਘਰੇ ਕੰਮ ਕਰਾ ਲਿਓ। ਇਦੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰੀਆਂ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ, ਮੇਰੀ ਗੱਲ ਮੰਨ ਲਓ, ਮੇਰੇ 32 ਦੰਦ ਨੇ, ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ। ਆ ਸਹੀ ਕਰਨ ਦਾ ਮੌਕਾ, ਨਹੀਂ ਤੁਹਾਡੇ ਬਾਰੇ ਐਂ ਕਹਿਣ ਲੱਗ ਗਏ ਗੁਰਦਾਸਪੁਰੀਆਂ ਦਾ ਕੀ ਹੈ, ਜਿਹੜਾ ਮਰਜ਼ੀ ਖੜਾ ਕਰ ਦਿਉ ਵੋਟਾਂ ਪਾਈ ਦਿੰਦੇ ਨੇ। ਇਦੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਵਿਨੋਦ ਖੰਨਾ ਲੈ ਲਿਆ ਸੀ, ਉਦੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ,
ਉਹਨੇ ਪਤੰਦਰ ਨੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਲਕੇ ਬਹੁਤ ਪੱਟੇ ਨੇ, ਇੱਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ 'ਚ ਜਾਂ ਕੋਈ ਕਿਤੇ ਨਾਕਾ ਨਲਕਾ ਲਵਾਇਆ ਹੋਵੇ। ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਆਪਦੇ ਲੋਕਲ ਜਵਾਕ ਨੂੰ ਵੋਟਾਂ ਪਾਓ, ਤਾਂ ਕਿ ਉਹ ਜਿਹਨੇ ਤੁਹਾਡੇ ਵਰਗੀ ਜ਼ਿੰਦਗੀ, ਤੁਹਾਡੇ ਵਰਗੀ ਗਰੀਬੀ ਹੰਢਾਈ ਹੋਈ ਆ ਉਹਨੂੰ ਵੋਟਾਂ ਪਾਓ, ਜਿਹਦੇ ਪਿੰਡੇ 'ਤੇ ਪਤਾ ਉਹਨੂੰ ਕਿਆ ਇੰਨਾ ਬੁਰਾ ਹਾਲ ਹੈ ਇੱਥੇ, ਜਿਹੜਾ ਇਕੱਲੀ ਇਕੱਲੀ ਗਲੀ ਜਾਣਦਾ, ਜਿਹੜਾ ਇਕੱਲਾ ਇਕੱਲਾ ਸੀਵਰੇਜ ਦਾ ਢੱਕਣ ਜਾਣਦਾ, ਉਹਨੂੰ ਵੋਟਾਂ ਪਾਓ। ਆਪਾਂ ਨੇ ਕੀ ਲੈਣਾ ਉਹਨਾਂ ਤੋਂ, ਬੰਬੇ ਵਾਲਿਆਂ ਤੋਂ? ਸੋ ਵੀਰੋ, ਮੈਂ ਵੀ ਕਲਾਕਾਰ ਸੀ, ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫਿਰ ਕਰੀ ਜਾਵਾਂ, ਨਾ। ਇਹ ਜਿਹੜੀ ਰਾਜਨੀਤੀ ਹੈ 9-5 ਵਾਲੀ ਗੇਮ ਨਹੀਂ ਹੈਗੀ ਇਹ। ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜਾਵੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਜੀ, ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ। ਇਹ ਤਾਂ ਸੇਵਾ ਹੈ ਜੀ, ਸੇਵਾ ਕਰ ਰਹੇ ਹਾਂ, ਪੈਸੇ ਕਮਾਉਣ ਨਹੀਂ ਆਇਆ ਮੈਂ, ਅਸੀਂ ਪੈਸੇ ਕਮਾਉਣ ਨਹੀਂ ਆਏ। ਪੈਸੇ ਕਮਾਉਣੇ ਹੁੰਦੇ ਫਿਲਮਾਂ 'ਚੋਂ ਕਵਾ ਲੈਂਦੇ, ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ 'ਚੋਂ, ਲਫਟ ਸ਼ੋਆਂ 'ਚੋਂ ਕਮਾ ਲੈਂਦੇ। ਪਰ ਮੈਂ ਵੀ ਸੋਚਿਆ ਭਗਵੰਤ ਮਾਨਾ, ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ। ਜਦੋਂ ਚੁੱਲ੍ਹਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ ਤੂੰ ਕਿਵੇਂ ਹਸਾਏਗਾ? ਆ ਜਾ ਆਪਾਂ ਕਰੀਏ ਠੀਕ ਪੰਜਾਬ ਨੂੰ, ਆਪਣੇ ਯੋਗਦਾਨ ਤਾਂ ਪਾ ਦਈਏ ਚੱਲ। ਪਰ ਤੁਸੀਂ ਮਾਣ ਹੀ ਇੰਨਾ ਸਤਿਕਾਰ ਦੇਤਾ, ਪਹਿਲਾਂ ਮੈਨੂੰ MP ਬਣਾਇਆ 2 ਵਾਰੀ ਸੰਗਰੂਰ ਤੋਂ, ਉਹ ਇੱਕ ਜੰਗਲ ਦੇ ਵਿੱਚ ਅੱਗ ਲੱਗ ਗਈ, ਸਾਰੇ ਜਾਨਵਰ ਭੱਜਣ ਲੱਗ ਗਏ, ਇੱਕ ਚਿੜੀ ਛੱਪੜ ਦੇ ਵਿੱਚੋਂ ਚੁੰਝ ਭਰਿਆ ਕਰੇ, ਅੱਗ 'ਤੇ ਪਾ ਦਿਆ ਕਰੇ, ਫਿਰ ਛੱਪੜ 'ਚੋਂ ਚੁੰਝ ਭਰਿਆ ਕਰੇ, ਅੱਗ 'ਤੇ ਪਾ ਦਿਆ ਕਰੇ। ਸਾਰੇ ਜਾਨਵਰ ਬਾਕੀ ਹੱਸਣ ਲੱਗ ਗਏ, ਕਹਿੰਦੇ ਚਿੜੀਏ ਭੋਲੀ ਹੈ, ਇਹ ਜੰਗਲ ਦੀ ਅੱਗ ਹੈ, ਤੇਰੀ ਚੁੰਝ ਦੀ ਪਾਣੀ ਨਾਲ ਨਹੀਂ ਬੁਝਣੀ, ਭੱਜਣ ਦੀ ਕਰ। ਉਹ ਚਿੜੀ ਕਹਿੰਦੀ ਮੈਨੂੰ ਵੀ ਪਤਾ ਹੈ ਕਿ ਜੰਗਲ ਦੀ ਅੱਗ ਹੈ, ਮੇਰੀ ਚੁੰਝ ਦੇ ਪਾਣੀ ਨਾਲ ਬੁਝਣੀ ਨਹੀਂ, ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤੁਹਾਡਾ ਸਾਰਿਆਂ ਦਾ ਨਾਂ ਤਮਾਸ਼ਾ ਦੇਖ ਕੇ ਭੱਜਣ ਵਾਲਿਆਂ 'ਚ ਹੋਊਗਾ, ਮੇਰਾ ਇਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਹੋਊਗਾ। ਆਹ ਫਰਕ ਹੈ। ਆਓ ਆਪਾਂ ਇਕੱਠੇ ਹੋ ਕੇ ਪੰਜਾਬ ਠੀਕ ਕਰੀਏ, ਐਡੀ ਕਿਹੜੀ ਗੱਲ ਹੈ ਯਾਰ, ਆਪਣਾ ਵਤਨ ਹੈ। ਜੇ ਆਪਣੇ ਘਰ 'ਚ ਕੋਈ ਗੰਦ ਪੈ ਜੇ ਆਪਾਂ ਹੀ ਠੀਕ ਕਰਦੇ ਹਾਂ, ਕੋਈ ਬਾਹਰੋਂ ਆ ਕੇ ਤਾਂ ਨਹੀਂ ਕਰਕੇ ਜਾਂਦਾ ਨਾ। ਤੁਸੀਂ ਇਹ ਨਾ ਸੋਚਿਓ ਕਿ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਜਾਂ ਕਲਿੰਟਨ ਆ ਕੇ ਠੀਕ ਕਰੂਗਾ। ਆਪਾਂ ਨੂੰ ਕਰਨਾ ਪੈਣਾ, ਆਪਦੇ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ ਵੀਰੋ, ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਉਂਦੀ। ਆਪਾਂ ਨੂੰ ਹੀ ਠੀਕ ਕਰਨਾ ਪੈਣਾ ਪੰਜਾਬ, ਔਰ ਆਪਾਂ ਕਰਾਂਗੇ। ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ, ਮੈਂ ਕਹਿੰਦਾ ਮੇਰੇ ਬਰਾਬਰ ਲੱਗੋ। ਮੈਂ ਤੁਹਾਨੂੰ ਪੰਜਾਬ ਨੂੰ ਆ 6 ਮਹੀਨੇ 7-8 ਮਹੀਨੇ ਹੁਣ ਤਾਂ ਰੰਗ ਜੇ ਦੇਖਣ ਤਾਂ ਲੱਗ ਗਏ ਨਾ, 43,000 ਨੌਕਰੀਆਂ ਦੇਤੀਆਂ। ਇੱਕ ਬੰਦਾ ਕਹਿ ਦੇ 1 ਰੁਪਈਆ ਵੀ ਲੱਗਿਆ ਹੋਵੇ ਨੌਕਰੀ ਦਾ, 1 ਰੁਪਈਆ। ਕੋਈ ਪਟਵਾਰੀ ਲੱਗਿਆ, ਕੋਈ ਪੁਲਿਸ ਇੰਸਪੈਕਟਰ ਲੱਗੀਆਂ ਨੇ ਕੁੜੀਆਂ, ਜੱਜ ਵੀ ਲੱਗੀਆਂ ਨੇ ਕੁੜੀਆਂ, 1 ਰੁਪਈਆ ਕਹਿ ਦੇ, ਸਾਬਤ ਕਰ ਦੇ 1 ਰੁਪਈਆ। ਫਿਰ ਪਾਣੀ, ਨਹਿਰਾਂ ਦਾ ਪਾਣੀ, ਹੁਣ ਟੇਲਾਂ ਤੱਕ ਪਾਣੀ ਪਹੁੰਚ ਰਿਹਾ, ਨਵੀਆਂ ਕੱਸੀਆਂ ਬਣਾ ਰਹੇ ਹਾਂ, ਅੰਡਰਗਰਾਊਂਡ ਪਾਈਪਾਂ ਪਾ ਰਹੇ ਹਾਂ। ਪਹਿਲਾਂ ਇਹ ਮੁੱਦਾ ਹੀ ਨਹੀਂ ਹੁੰਦਾ ਸੀ, ਉਹਨੂੰ ਪਤਾ ਹੀ ਨਹੀਂ ਸੀ ਇਹ ਕੀ ਹੁੰਦਾ। ਪਾਣੀ ਸਾਡਾ ਧਰਤੀ ਥੱਲੇ ਜਾਈ ਜਾਂਦਾ, 400-500-600-600 ਫੁੱਟ 'ਤੇ ਪਾਣੀ ਚਲਾ ਗਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਸਾਹਿਬ ਦੇ ਤਿੰਨੋਂ ਦਰਜੇ ਹਵਾ ਦਾ, ਪਾਣੀ ਦਾ ਅਤੇ ਧਰਤੀ, ਆਪਾਂ ਕਾਇਮ ਹੀ ਨਹੀਂ ਰੱਖ ਸਕੇ, ਹੁਣ ਰੱਖਾਂਗੇ। ਵੀਰੋ ਮੈਂ ਇੱਕ ਬੇਨਤੀ ਕੀਤੀ ਸੀ, ਅੱਜ ਵੀ ਕਰਕੇ ਜਾਂਦਾ, ਮੈਂ ਬੇਨਤੀ ਕੀਤੀ ਸੀ ਪੂਸਾ 44 ਜਿਹੜੀ ਹੈ ਨਾ, ਪੂਸਾ 44,
ਇਹ ਕਿਸਮ ਨਾ ਬੀਜਿਓ, ਕਿਉਂਕਿ ਇਹ 152 ਤੋਂ 155 ਦਿਨ ਲੈਂਦੀ ਹੈ ਪੱਕਣ ਨੂੰ, ਅਤੇ ਇਹਦੀ ਪਰਾਲੀ ਵੀ ਜ਼ਿਆਦਾ ਹੁੰਦੀ ਹੈ। ਅਤੇ PR 126, PR 127, PR 128, PR 129, PR 130 ਇਹ ਆਪਣੀ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀਆਂ ਨੇ ਨਵੀਆਂ, ਜਿਹੜੇ ਬੀਜ ਆਪਣਾ ਲੁਧਿਆਣੇ ਆਹ ਬੀਜੋਗੇ, ਦਾਣਾ ਦਾਣਾ ਚੱਕਾਂਗੇ ਔਰ 48 ਘੰਟਿਆਂ ਤੋਂ ਕਿ 24 ਘੰਟਿਆਂ 'ਚ ਹੀ ਪੇਮੈਂਟ ਹੋਊਗੀ। ਮੈਂ ਬੇਨਤੀ ਉਹ ਕੀਤੀ ਸੀ, ਬਹੁਤ ਵੱਡੇ ਅਖਬਾਰ ਨੇ ਦੇਸ਼ ਦੇ, ਅੰਗਰੇਜ਼ੀ ਦੇ ਅਖਬਾਰ ਨੇ, ਟਾਈਮਸ ਆਫ ਇੰਡੀਆ ਨੇ ਫਰੰਟ ਪੇਜ ਲਾਇਆ 10 ਕੁ ਦਿਨ ਪਹਿਲਾਂ ਕਿ ਇੱਕ ਬੇਨਤੀ 'ਤੇ 33% ਲੋਕਾਂ ਨੇ ਜਿਹੜੀ ਪੂਸਾ 44 ਨਹੀਂ ਬੀਜੀ, ਉੱਥੇ 26 ਬੀਜੀ। ਵੀਰੋ 477 ਕਰੋੜ ਰੁਪਏ ਦਾ ਬਿਜਲੀ ਦਾ ਬਚ ਗਿਆ ਅਤੇ 5 ਬਿਲੀਅਨ ਕਿਊਬਿਕ ਮੀਟਰ ਪਾਣੀ ਬਚ ਗਿਆ ਥੱਲੇ ਧਰਤੀ 'ਚ, ਆ ਇੰਨਾ ਕਿ 33% ਨਾਲ। ਹੁਣ ਜਾਰੀ ਕਰਤਾ ਲਿਸਟ, ਰੋਸਟਰ ਬਣਾਤਾ, 15 ਜੂਨ ਤੋਂ ਸਾਰੇ ਪੰਜਾਬ ਜਦੋਂ ਮਰਜ਼ੀ ਝੋਨਾ ਲਾਇਓ, ਪਰ ਬਾਰਡਰ ਦੇ ਤਾਰ ਵਾਲੇ ਪਰਲੇ ਪਾਸੇ ਵਾਲਾ ਤਰੀਕ ਪਹਿਲਾਂ ਦੇ ਤੀ, ਤੁਹਾਨੂੰ ਉਹ ਜਿਹੜਾ ਰੋਸਟਰ ਮਿਲ ਜੂਗਾ, ਪਨੀਰੀ ਬੀਜ ਲਓ, ਉਸ ਹਿਸਾਬ ਨਾਲ ਚੱਕੀ ਵੀ ਜਾਊਗੀ, ਸਾਨੂੰ ਵੀ ਪਤਾ ਹੋਊਗਾ ਕਿਹੜੀ ਸਭ ਤੋਂ ਪਹਿਲਾਂ ਆ ਰਹੀ ਹੈ, ਕਿਹੜੀ ਕਿਹੜੇ ਇਲਾਕੇ 'ਚ ਜਿਹੜੀ ਫਸਲ ਹੈ। ਬਹੁਤ ਪਲੈਨਿੰਗ ਨਾਲ ਚੱਲਦਾ ਜੀ ਮੈਂ, ਨਹੀਂ ਹੁੰਦਾ ਕਿ ਨਹੀਂ 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 ਇੱਧਰ ਆ ਕਰ ਦਿਉ, ਨੋ, ਮੈਨੂੰ ਸਾਰਾ ਪਤਾ ਹੁੰਦਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ, ਜਿਹੜੇ ਜ਼ਿਲ੍ਹਿਆਂ 'ਚ ਨਹਿਰੀ ਪਾਣੀ ਨਾਲ ਹੈ ਉਹਨਾਂ ਦੀ 11 ਜੂਨ ਕਰਤੀ, ਬਾਰਡਰ ਦੇ ਪਰਲੇ ਪਾਸੇ ਤਾਰ ਵਾਲਾ 11 ਜੂਨ ਹੈ, ਠੀਕ ਹੈ ਨਾ। ਬਿਜਲੀ ਮਿਲੂਗੀ, ਪਿਛਲੀ ਵਾਰ ਆਪਾਂ ਨੂੰ 15 ਤੋਂ 18 ਆ ਜ਼ਿਲ੍ਹੇ ਲਾਉਣਗੇ, 19 ਤੋਂ 22 ਆ ਜ਼ਿਲ੍ਹੇ ਲਾਉਣਗੇ, ਉਦੋਂ ਕਾਰਨ ਕੀ ਸੀ, ਉਦੋਂ ਬਿਜਲੀ ਇੱਕਦਮ ਨਹੀਂ ਹੈਗੀ ਸੀ ਇੰਨੀ, ਫਿਰ ਆਪਾਂ ਬਿਜਲੀ ਦੀ ਆਪਣੀ ਜਿਹੜੀ ਕੋਲੇ ਦੀ ਖਾਨ ਹੈ ਝਾਰਖੰਡ 'ਚ ਉਹ ਚਲਾਈ, ਉਹ ਚਲਾ ਕੇ ਕੋਲਾ ਆਮ ਕੀਤਾ, ਫਿਰ ਥਰਮਲ ਪਲਾਂਟ ਖਰੀਦਿਆ। ਹੁਣ 15 ਤਰੀਕ ਤੋਂ ਜਿੰਨੀ ਮਰਜ਼ੀ ਬਿਜਲੀ ਲੈ ਲਿਓ, ਬਿਜਲੀ ਆਮ ਪਈ ਹੈ ਪੰਜਾਬ ਕੋਲ, ਪੰਜਾਬ ਬਿਜਲੀ ਵੇਚ ਰਿਹਾ ਇਸ ਵਕਤ, ਅਤੇ ਨਾਲੇ ਬਿਜਲੀ ਆਉਂਦੀ ਵੀ ਦਿਨੇ ਹੈ। ਸਤਿ ਸ਼੍ਰੀ ਅਕਾਲ ਜੀ। ਸ਼ਹਿਰੀ ਨੇ ਦੱਸਿਆ ਜਿਵੇਂ ਬਿਜਲੀ ਆਉਂਦੀ ਵੀ ਦਿਨੇ ਹੈ, ਮੈਂ ਬਿਜਲੀ ਦੇ ਅਫਸਰਾਂ ਨੂੰ ਬੁਲਾਇਆ, ਮੈਂ ਕਿਹਾ ਸਾਰੀ ਦੁਨੀਆ ਦੇ ਅਫਸਰ ਜਿਹੜੇ ਦਫ਼ਤਰ ਨੇ, ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਆ, ਉਹ ਜ਼ਿਮੀਂਦਾਰ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਂਦੇ ਹੋ, ਵੀ ਰਾਤ ਨੂੰ 2 ਵਜੇ ਲਾਈਟ ਆਊ ਜੀ, ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ ਸੌਂ ਸਕਦਾ। ਹੁਣ ਬਿਜਲੀ ਦਾ ਜਦੋਂ ਮਰਜ਼ੀ ਬਟਨ ਦੱਬਿਓ, ਤੁਹਾਡੇ ਕੋਲ ਮੋਟਰ ਚੱਲੂਗੀ, ਨਾਲ ਖੇਤੀ ਵਾਲਾ ਪਾਣੀ ਵੀ ਆਊਗਾ, ਦੂਜਾ ਜਿਹੜਾ ਨਹਿਰੀ, ਜਦੋਂ ਨਹਿਰੀ ਪਾਣੀ ਆਉਣ ਲੱਗ ਗਿਆ ਆਪਾਂ 69% 'ਤੇ ਪਹੁੰਚ ਗਏ, 69% 'ਤੇ, 21 ਜਦੋਂ ਆਪਾਂ ਸੌਂ ਚੱਕੀ ਸੀ ਉਦੋਂ 21 ਸੀ, 69% 'ਤੇ ਪਹੁੰਚ ਗਏ ਵੀਰੋ, ਜਿੱਦੇ 70 'ਤੇ ਪਹੁੰਚ ਗਿਆ 6-7 ਮਹੀਨਿਆਂ ਨੂੰ ਬਸ ਖਾਲ ਬਣੀ ਜਾਂਦੇ ਨੇ, ਪਾਈਪਾਂ ਥੱਲੇ ਪਈ ਜਾਂਦੀਆਂ ਨੇ, 70 'ਤੇ ਪਹੁੰਚ ਗਏ। 14.5 ਲੱਖ 'ਚੋਂ 6 ਲੱਖ ਟਿਊਬਵੈੱਲ ਪੰਜਾਬ ਦਾ ਬੰਦ ਹੋ ਜੂਗਾ, ਕਿਉਂਕਿ ਨਹਿਰੀ ਪਾਣੀ ਆਇਆ ਹੋਊਗਾ, ਫਿਰ ਮੋਟਰ ਚਲਾਉਣ ਦੀ ਲੋੜ ਨਹੀਂ। ਉਹਦੇ ਨਾਲ ਜਿਹੜਾ 6-7 ਹਜ਼ਾਰ ਕਰੋੜ ਬਚੂਗਾ, ਉਹਦੇ 'ਚੋਂ ਸਿਰਫ 5500 ਤੋਂ 5500 ਦੀ ਗਰੰਟੀ ਹੈ, ਜਿਹੜੀ ਮੈਂ ਗਰੰਟੀ ਦਿੱਤੀ ਸੀ, ਮੈਂ ਮਾਵਾਂ ਭੈਣਾਂ ਨੂੰ ਜਿਹੜਾ 1000-1000 ਰੁਪਏ ਵਾਲੀ ਸਨਮਾਨ ਵਾਲੀ ਉਹ ਪੂਰੀ ਕਰੂੰਗਾ ਸਭ ਤੋਂ ਪਹਿਲਾਂ। ਅਸੀਂ ਉਹ ਨਹੀਂ ਕਹਿੰਦੇ ਵੀ ਹੋਈ ਉਹੀ ਪਾਣੀ 'ਤੇ ਬੱਸਾਂ ਚਲਾ ਦਾਂਗੇ, ਪਾਣੀ 'ਤੇ ਬੱਸਾਂ ਕਿੱਥੇ ਚਲਾ ਲਾ, ਸੜਕ ਵਾਲੀਆਂ ਹੀ ਚਲਾ ਲਾ, ਉਹੀ ਬਹੁਤ ਹੈ, ਪਾਣੀ 'ਤੇ ਬੱਸਾਂ ਚਲਾ ਦਾਂਗੇ, ਮੰਗਲ ਗ੍ਰਹਿ 'ਤੇ ਰੈਲੀ ਕਰਾਂਗੇ, ਗੱਲ ਹੈ ਕੋਈ ਬੰਦੇ ਵਾਲੀ ਯਾਰ। ਸੋ ਪਹਿਲਾਂ ਬੇਸਿਕ ਨੀਡਸ ਤਾਂ ਪੂਰੀਆਂ ਕਰ ਲਓ। ਅੱਜ ਕੇਜਰੀਵਾਲ ਸਾਹਿਬ ਪਹੁੰਚ ਚੁੱਕੇ ਨੇ ਇਸ ਵਕਤ ਅੰਮ੍ਰਿਤਸਰ ਸਾਹਿਬ, ਮੈਂ ਜਾਣਾ ਇੱਥੋਂ ਜਾਣਸਰ ਦਰਬਾਰ ਸਾਹਿਬ ਮੱਥਾ ਟੇਕਾਂਗੇ, ਦੁਰਗਿਆਣਾ ਮੰਦਿਰ ਮੱਥਾ ਟੇਕਾਂਗੇ, ਰੋਡ ਸ਼ੋਅ ਹੈ, ਕੱਲ੍ਹ ਨੂੰ ਸਾਰੇ ਸੰਗਠਨ ਦੀ ਮੀਟਿੰਗ ਹੈ। ਵੀਰੋ ਇਹਨਾਂ ਨੇ ਸੋਚਿਆ ਸੀ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਦਰਿਆਵਾਂ ਨੂੰ
ਨੱਕੇ ਨਹੀਂ ਲੱਗਦੇ ਹੁੰਦੇ, ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ। ਤੁਸੀਂ ਤਾਂ ਦਰਿਆ ਦੇ ਇਲਾਕੇ ਵਾਲੇ ਲੋਕ ਹੋ, ਤੁਹਾਨੂੰ ਤਾਂ ਵੱਧ ਪਤਾ। ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ। ਮੈਨੂੰ ਇੱਕ ਬਹੁਤ ਵਧੀਆ ਕਿਸੇ ਨੇ ਗੱਲ ਦੱਸੀ, ਮੈਨੂੰ ਕਹਿੰਦੇ ਬਾਈ ਜੀ ਤੁਹਾਡਾ ਜਿਹੜਾ ਪਿਆਰ ਹੈ ਲੋਕਾਂ 'ਚ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ। ਮੈਂ ਕਿਹਾ ਜੀ ਉਹ ਤਾਂ ਫਿਰ ਜਦੋਂ ਪਿਆਰ ਹੀ ਜ਼ਿਆਦਾ ਹੋ ਜੇ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਮੈਂ ਕਿਹਾ ਕਿਵੇਂ? ਕਹਿੰਦੇ ਵੀ ਇੱਕ ਸਾਧ ਸੀਗਾ, ਸਾਧੂ ਮਹਾਤਮਾ ਸੀ, ਉਹਦੇ ਕੋਲ ਇੱਕ ਘੋੜਾ ਸੀਗਾ ਜੀ, ਬਹੁਤ ਰੇਅਰਸਟ ਆਫ ਰੇਅਰ ਨਸਲ ਦਾ, ਉਹ ਨਸਲ ਹੀ ਖਤਮ ਹੋ ਗਈ ਸੀ ਪਰ ਉਹਦੇ ਕੋਲ ਹੈਗਾ ਸੀ ਘੋੜਾ, ਬਛੇਰੀ ਉਹਦੇ ਕੋਲ ਸੀ। ਉਹ ਜਦੋਂ ਘੋੜੀ ਬਣੀ ਉਹਨੇ ਬਛੇਰਾ ਦਿੱਤਾ, ਚਿੱਟੇ ਰੰਗ ਦਾ ਐਨ ਐਸੀ ਨਸਲ ਦਾ ਘੋੜਾ, ਡਾਕੂਆਂ ਨੂੰ ਪਤਾ ਲੱਗ ਗਿਆ ਵੀ ਉਹਦੇ ਕੋਲ ਘੋੜਾ ਹੈ ਸਾਧੂ ਕੋਲ। ਹੁਣ ਇਹ ਦੱਸ ਦੇਖਿਓ ਤੁਸੀਂ ਕਿ ਜੇ ਮੈਂ ਤੁਹਾਡਾ ਦਿਲ ਤੋੜਤਾ, ਕੋਈ ਮੈਂ ਰਿਸ਼ਵਤ ਲੈਂਦਾ ਜਾਂ ਕੋਈ ਹੋਰ ਕੋਈ ਮੇਰਾ ਮੈਂ ਫੜਿਆ ਗਿਆ ਜਾਂ ਇੱਦਾਂ, ਫਿਰ ਕੀ ਹੋਊਗਾ? ਉਹਨੇ ਬੰਦੇ ਨੇ ਮੈਨੂੰ ਗੱਲ ਸੁਣਾਈ, ਕਹਿੰਦਾ ਜੀ ਉਹਨੇ ਡਾਕੂਆਂ ਨੇ ਕਿਹਾ, ਡਾਕੂਆਂ ਦੇ ਸਰਦਾਰ ਨੇ ਕਹਿੰਦਾ ਯਾਰ ਸਾਧੂ ਮਹਾਤਮਾ ਬੰਦਾ ਹੈ, ਛੱਡੋ ਪਰੇ ਖੂਨ ਖਰਾਬਾ ਕਾਹਨੂੰ ਕਰਨਾ। ਡਾਕੂ ਭੇਜਤਾ, ਕਹਿੰਦਾ ਇਹਨੂੰ ਪੁੱਛ ਲੈ ਕਿੰਨੇ ਦਾ ਵੇਚਦਾ, ਆਪਾਂ ਲੈ ਲੈਂਦੇ, ਖਰੀਦ ਲੈਂਦੇ ਹਾਂ। ਉਹ ਜਾ ਕੇ ਕਹਿੰਦਾ ਬਾਬਾ ਜੀ ਆਹ ਘੋੜਾ ਵੇਚਣਾ, ਕਹਿੰਦਾ ਨਾ ਮੈਂ ਵੇਚਣਾ ਨਹੀਂ, ਕਹਿੰਦਾ 20 ਲੱਖ ਦੇ ਦਿੰਦੇ ਹਾਂ, ਕਹਿੰਦਾ ਨਾ ਮੈਂ ਵੇਚਣਾ ਨਹੀਂ। ਕਹਿੰਦਾ ਚੱਲ ਬਾਬਾ ਜੀ ਐਂ ਕਰੋ ਫਿਰ 50 ਲੱਖ 'ਤੇ ਗੱਲ ਨਿਬੇੜੀਏ। ਉਹ ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ, ਤੂੰ ਮੁੱਲ ਕਿਉਂ ਪਾਈ ਜਾਂਦਾ ਜਦੋਂ ਮੈਂ ਵੇਚਣਾ ਹੀ ਨਹੀਂ? ਕਹਿੰਦਾ ਡਾਕੂ ਬਘੇਲ ਸਿੰਘ ਵੱਲੋਂ ਆਇਆ, ਚੱਲ ਕਰੋੜ 'ਤੇ ਗੱਲ ਨਿਬੇੜ। ਉਹ ਕਹਿੰਦਾ ਯਾਰ ਜਦੋਂ ਮੈਂ ਚਾਹੇ ਜਿਹਦੇ ਵੱਲੋਂ ਮਰਜ਼ੀ ਆਇਆ, ਮੈਂ ਜਦੋਂ ਵੇਚਣਾ ਹੀ ਨਹੀਂ ਘੋੜਾ। ਕਹਿੰਦਾ ਚੱਲ 2 ਕਰੋੜ 'ਤੇ ਗੱਲ ਕਰੀਏ ਫਾਈਨਲ ਫਿਰ। ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ। ਉਹ ਚਲਿਆ ਗਿਆ ਜੀ ਵਾਪਸ, ਜਾ ਕੇ ਡਾਕੂ ਨੂੰ ਦੱਸਤਾ, ਕਹਿੰਦਾ ਉਹ ਨਹੀਂ ਵੇਚਦਾ ਜੀ, ਬਾਹਲਾ ਜਿੱਦੀ ਸਾਧ ਹੈ। ਕਹਿੰਦਾ ਚੱਲ ਠੀਕ ਹੈ ਯਾਰ ਕੋਈ ਨਹੀਂ। 5-7 ਦਿਨਾਂ ਬਾਅਦ ਕਿਤੇ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ, ਉਹ ਘੋੜੇ 'ਤੇ ਚੜ੍ਹ ਕੇ ਸ਼ਹਿਰ ਜਾ ਰਿਹਾ ਸੀ। ਰਸਤੇ 'ਚ ਇੱਕ ਬਜ਼ੁਰਗ ਅੰਨਾ ਬਜ਼ੁਰਗ, ਉਮਰ 70 ਦੇ ਨੇੜੇ, ਕੁੱਬਾ 'ਤੇ ਤੁਰਿਆ ਜਾਵੇ, ਉਹ ਕਹਿੰਦਾ ਜੀ ਮੈਂ ਅੰਨਾ ਅੱਖਾਂ ਤੋਂ ਬਿਮਾਰ ਹਾਂ ਮੈਂ, ਪਰ ਮੈਨੂੰ ਕੰਨਾਂ ਤੋਂ ਸੁਣਦਾ, ਮੈਨੂੰ ਲੱਗਦਾ ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ, ਮੈਨੂੰ ਘੋੜੇ ਦੀਆਂ ਪੌੜਾਂ ਦੀ ਆਵਾਜ਼ ਆ ਰਹੀ ਹੈ, ਵੀ ਜੇ ਮੈਨੂੰ ਜਾਂਦਾ ਜਾਂਦਾ ਲੈ ਜੇ ਤਾਂ ਮੈਂ ਬਚ ਸਕਦਾ ਜੇ ਹਸਪਤਾਲ ਪਹੁੰਚ ਗਿਆ ਟਾਈਮ 'ਤੇ, ਨਹੀਂ ਮੈਨੂੰ ਲੱਗਦਾ ਨਹੀਂ ਮੈਂ ਤੁਰ ਕੇ ਪਹੁੰਚੂੰਗਾ, ਮੈਂ ਰਾਹ 'ਚ ਹੀ ਮਰ ਜੂੰਗਾ। ਉਹ ਸਾਧੂ ਬੰਦਾ ਸੀ, ਮਨੁੱਖਤਾ ਦੇ ਸੇਵਾਦਾਰ ਹੁੰਦੇ ਆ ਸਾਧੂ ਲੋਕ। ਉਹ ਉਤਰਿਆ, ਕਹਿੰਦਾ ਕੋਈ ਨਹੀਂ ਬਾਬਾ ਜੀ ਮੈਂ ਬਿਠਾਉਣਾ ਤੁਹਾਨੂੰ, ਤੁਸੀਂ ਬੈਠੋ ਫਿਰ ਮੈਂ ਮਗਰ ਬਹਿ ਜੂੰਗਾ ਤੁਹਾਡੇ। ਉਹ ਬੈਠਿਆ, ਉਹਨੇ ਬੈਠਣ ਸਾਰ ਮਾਰੀ ਅੱਡੀ ਘੋੜੇ ਦੇ, ਘੋੜਾ 100 ਕਿਲੋਮੀਟਰ ਦੀ ਸਪੀਡ 'ਤੇ ਗਿਆ। ਉਹ ਥੋੜ੍ਹੀ ਜਿਹੀ ਦੂਰ ਜਾ ਕੇ ਘੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ ਗੱਲ ਸੁਣੋ ਸਾਧਾ, ਤੈਨੂੰ ਕਿਹਾ ਨਹੀਂ ਸੀ ਵੀ 2 ਕਰੋੜ ਲੈ ਲਾ? ਕੋਈ ਬਿਮਾਰ ਬਮੂਰ ਨਹੀਂ ਹੈਗਾ ਮੈਂ, ਕੋਈ ਅੰਨਾ ਉੰਨਾ ਨਹੀਂ ਹੈਗਾ ਮੈਂ, ਕੋਈ ਮੇਰੇ ਕੁੱਬ ਨਹੀਂ ਪੈਂਦਾ, ਉਸੇ ਬਘੇਲ ਸਿੰਘ ਦੇ ਹੀ ਡਾਕੂ ਹਾਂ, ਤੂੰ ਲੈ ਨਹੀਂ ਪੈਸੇ, ਹੁਣ ਤੈਨੂੰ ਘੋੜਾ ਵੀ ਨਹੀਂ ਮਿਲਣਾ, ਪੈਸੇ ਵੀ ਨਹੀਂ ਮਿਲਣੇ। ਉਹ ਸਾਧੂ ਕਹਿੰਦਾ ਦੇਖੋ ਗੱਲ ਇਹ ਹੈ ਜੀ, ਘੋੜਾ ਤਾਂ ਹੁਣ ਹੋ ਗਿਆ ਤੁਹਾਡਾ, ਘੋੜਾ ਤਾਂ ਉਸੇ ਦੀ ਹੁੰਦਾ ਜਿਹਦੇ ਹੱਥ 'ਚ ਉਹਦੀਆਂ ਬਾਗਾਂ ਨੇ, ਘੋੜਾ ਤਾਂ ਤੁਹਾਡਾ ਹੋ ਗਿਆ, ਪਰ ਮੇਰੀ ਇੱਕ ਬੇਨਤੀ ਹੱਥ ਬੰਨ ਕੇ। ਕਹਿੰਦੇ ਕੀ? ਕਹਿੰਦਾ ਤੁਸੀਂ ਇਹ ਸਾਰੀ ਕਹਾਣੀ ਲੋਕਾਂ ਨੂੰ ਦੱਸਿਓ ਨਾ ਵੀ ਘੋੜਾ ਤੁਸੀਂ ਮੈਥੋਂ ਕਿਵੇਂ ਖੋਇਆ। ਉਹ ਕਹਿੰਦੇ ਵੀ ਇਹਦੇ ਨਾਲ ਕੀ ਫਰਕ ਪੈਂਦਾ ਵੀ ਜੇ ਅਸੀਂ ਸਾਰੀ ਕਹਾਣੀ ਦੱਸੀਏ ਨਾ, ਇਹਦੇ ਨਾਲ ਕੀ ਫਰਕ ਪੈਂਦਾ? ਉਹ ਹੱਸ ਪਿਆ ਡਾਕੂ। ਤਾਂ ਸਾਧੂ ਕਹਿੰਦਾ ਬਹੁਤ ਫਰਕ ਪੈਂਦਾ। ਕਹਿੰਦਾ ਜੇ ਤੁਸੀਂ ਦੱਸਤਾ ਕਿ ਅਸੀਂ ਐਂ ਘੋੜਾ ਖੋਇਆ, ਕਹਿੰਦਾ ਫਿਰ ਭਵਿੱਖ ਦੇ ਵਿੱਚ ਫਿਊਚਰ ਦੇ ਵਿੱਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ 'ਤੇ, ਬਜ਼ੁਰਗਾਂ 'ਤੇ, ਅੰਨਿਆਂ 'ਤੇ, ਕੁੱਬਿਆਂ 'ਤੇ,
ਬਜ਼ੁਰਗਾਂ 'ਤੇ ਕਹਿੰਦਾ ਯਕੀਨ ਕਰਨੋਂ ਹਟ ਜਾਣਗੇ ਵੀ ਇਹ ਤਾਂ ਉਹੀ ਹੋਣਾ, ਡਾਕੂ ਨਾ ਹੋਵੇ ਕਿਤੇ। ਸੋ ਵੀਰੋ ਜਿੱਦੇ ਕਿਤੇ ਮੇਰੇ 'ਤੇ ਕੋਈ ਇੱਦਾਂ ਦਾ ਲੱਗ ਗਿਆ ਜਾਂ ਤੁਸੀਂ, ਤੁਹਾਡਾ ਦਿਲ ਟੁੱਟ ਜੂਗਾ ਫਿਰ ਵੀ ਛੱਡੋ ਉੱਪਰੇ ਯਾਰ, ਭਗਵੰਤ ਮਾਨ ਵੀ ਇਹਨਾਂ ਕੰਮਾਂ 'ਚ ਹੀ ਪੈ ਗਿਆ, ਫਿਰ ਛੱਡੋ। ਸੋ ਮੇਰੀ ਜ਼ਿੰਮੇਵਾਰੀ ਬਹੁਤ ਵੱਧ ਗਈ ਇਸ ਪੱਖੋਂ। ਤੁਸੀਂ ਬੇਫਿਕਰ ਰਹੋ ਕਿ ਮੈਂ ਨਾ ਤਾਂ ਕਿਸੇ ਬੱਸ 'ਚ ਹਿੱਸਾ ਪਾਉਣਾ, ਨਾ ਮੈਂ ਕਿਸੇ ਖੱਡ 'ਚ ਹਿੱਸਾ ਪਾਉਣਾ, ਨਾ ਮੈਂ ਕਿਸੇ ਸ਼ਰਾਬ ਦੇ ਠੇਕੇ 'ਚ ਹਿੱਸਾ ਪਾਉਣਾ, ਨਾ ਮੈਂ ਕਿਸੇ ਢਾਬੇ 'ਚ ਹਿੱਸਾ ਪਾਉਣਾ। ਹਿੱਸਾ ਤਾਂ ਮੈਂ ਪਾਉਣਾ, ਪਰ ਮੈਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਪਾਉਣਾ, ਹੋਰ ਮੈਂ ਕਿਤੇ ਹਿੱਸਾ ਨਹੀਂ ਪਾਉਣਾ। ਤਾਂ ਕਰਕੇ ਤੁਹਾਡੇ ਕੋਲ ਆਇਆ, ਇਹਨਾਂ ਤੋਂ ਬਚੋ। ਇਹਨਾਂ ਦਾ ਤਾਂ, ਇਹਨਾਂ ਨੇ ਤਾਂ ਲੁੱਟ ਲੁੱਟ ਕੇ, ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨੇ ਕਮਾ ਲਏ, ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਆ ਜਾਣਗੇ ਤੁਹਾਡੇ ਵਾਲੇ ਤਾਂ ਹਾਂ ਆ ਜਾਣਗੇ। ਉਹ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗ ਗਈਆਂ, ਇੱਕ ਦਿਨ 'ਚ ਇੱਕ ਚੋਰੀ ਹੋ ਗਈ, ਦੂਜੇ ਦਿਨ 2 ਚੋਰੀ ਹੋ ਗਈਆਂ, ਤੀਜੇ ਦਿਨ ਮੱਝ ਚੋਰੀ ਹੋ ਗਈ। ਸਾਧੂ ਮਹਾਤਮਾ ਕੋਲ ਗਏ, ਉਸ ਪਿੰਡ 'ਚ ਰਹਿੰਦਾ ਸੀ, ਕਹਿੰਦੇ ਜੀ ਪਿੰਡ 'ਚ ਮੱਝਾਂ ਚੋਰੀ ਹੋਣ ਲੱਗ ਗਈਆਂ, ਕੀ ਕਰੀਏ? ਉਹ ਕਹਿੰਦਾ ਕੁਛ ਨਹੀਂ ਹੁੰਦਾ, ਚੋਰ ਬੜਾ ਆਸਾਨੀ ਨਾਲ ਫੜਿਆ ਜਾਊ, ਇੱਕ ਚਾਦਰ ਤਾਣ ਲਿਓ, ਉਹਦੇ ਚਾਰੇ ਕੰਨੇ ਇੱਕ ਜਾਣਾ ਫੜ ਕੇ ਖੜ ਜਿਓ, ਸਾਰੇ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ। ਜਦੋਂ ਮੱਝਾਂ ਚੋਰੀ ਕਰਨ ਵਾਲੇ ਥੱਲੋਂ ਦੀ ਲੰਘੇ, ਨਾਲ ਦੀ ਨਾਲ ਦੌਰਾ ਪੈ ਜੂ, ਮਰ ਜਾਣਗੇ। ਪਿੰਡ ਦੇ ਸਪੀਕਰ 'ਚ ਬੋਲਤਾ ਕਿ ਆਓ ਭਾਈ ਲੰਘੋ, ਸਾਰਾ ਪਿੰਡ ਚਾਦਰ ਦੇ ਥੱਲੋਂ ਦੀ। ਚਾਰ ਜਾਣੇ ਚਾਰੇ ਕੰਨੀਆਂ ਫੜ ਕੇ ਖੜ ਗਏ, ਲੰਘਣ ਲੱਗ ਗਏ, ਬੰਦੇ ਲੰਘ ਗਏ, ਬੁੜੀਆਂ ਲੰਘ ਗਈਆਂ, ਬੱਚੇ ਲੰਘ ਗਏ, ਕੋਈ ਨਹੀਂ ਮਰਿਆ ਜੀ। ਕਾਰਨ ਪਤਾ ਕੀ ਸੀ? ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ, ਮਰੇ ਕੌਣ? ਆਪਾਂ ਹੁਣ ਤੱਕ ਇਹੀ ਕਰਦੇ ਰਹੇ ਹਾਂ, ਆਪਾਂ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਹਾਂ, ਉਹ ਚੋਰਾਂ ਨੂੰ ਚਾਦਰ ਫੜਾ ਰੱਖੀ ਆ ਯਾਰ, ਉਹ ਚਾਦਰ ਕਿਤੇ ਇਮਾਨਦਾਰ ਬੰਦਿਆਂ ਨੂੰ ਫੜਾਓ ਦੇਸ਼ ਦੀ। ਇਮਾਨਦਾਰ ਬੰਦਿਆਂ ਨੇ ਜਦੋਂ ਚਾਦਰ ਫੜੀ, ਫਿਰ ਤੁਹਾਡੀਆਂ ਚੋਰੀਆਂ ਹੋਣੋਂ ਹਟ ਗਈਆਂ, ਫਿਰ ਤੁਹਾਡੀਆਂ ਚੋਰੀਆਂ ਤੁਹਾਡੇ ਘਰਾਂ 'ਚੋਂ, ਤੁਹਾਡੀਆਂ ਨੇਕ ਕਮਾਈਆਂ 'ਚੋਂ ਚੋਰੀਆਂ ਹੋਣੋਂ ਫਿਰ ਹਟਣਗੀਆਂ। ਸੋ ਆਹ ਜਿਹੜਾ ਪਿਆਰ ਹੈ ਕਿਤੇ ਮਿਲਦਾ? ਆਹ ਪਿਆਰ ਜਿਹੜਾ ਆਹ ਬਜ਼ੁਰਗ ਲਾ ਰਹੇ ਨੇ ਨਾਰੇ ਜੋਸ਼ ਨਾਲ, ਆਹ ਮੇਰੇ ਹਜੇ ਵੀ ਮੇਰੇ ਤਾਂ ਇੱਥੋਂ ਫੁੱਲ ਹੀ ਥਿਆਉਂਦੇ ਆ, ਹੈ ਨਾ, ਪੱਗ ਜਿਹੜੀ ਆ ਫੁੱਲਾਂ ਨਾਲ ਭਰ ਦਿੰਦੇ ਹੋ। ਬਜ਼ੁਰਗ ਜਿਹੜੇ ਨੇ ਉਹ ਮੇਰਾ ਸਿਰ ਪਲੋਸਦੇ ਨੇ, ਮੈਂ ਤਾਂ ਸੋਚਦਾ ਹੁੰਦਾ ਭਗਵੰਤ ਮਾਨ ਨਾਲ ਕਿੱਥੇ ਆਹ ਪਿਆਰ ਹੈ। ਗੱਡੀ ਫੁੱਲਾਂ ਨਾਲ ਭਰ ਜਾਂਦੀ ਹੈ, ਲੋਕ ਪਿਆਰ ਨਾਲ ਇੰਨਾ ਆਸ਼ੀਰਵਾਦ ਦਿੰਦੇ ਨੇ, ਮੁੰਡੇ ਖੁੰਡੇ ਮੋਢੇ 'ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ। ਇੱਕ ਪਾਸੇ ਤਾਂ ਆਹ ਪਿਆਰ ਹੈ, ਦੂਜੇ ਪਾਸੇ ਅਕਾਲੀ ਕਾਂਗਰਸੀ ਆ BJP ਵਾਲੇ ਨੇ, ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ 'ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ। ਸੋ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ, ਸੋ ਇਹਨਾਂ 'ਤੇ ਯਕੀਨ ਨਾ ਕਰਿਓ। ਇਹ ਤਾਂ ਆਪਣੇ ਆਪ ਨੂੰ ਰਜਵਾੜੇ ਸਮਝਦੇ ਨੇ, ਇਹ ਸਮਝਦੇ ਨੇ ਸ਼ਾਇਦ ਸਾਡੇ ਤੋਂ ਥੱਲੇ, ਧਰਤੀ ਸਾਰੀ ਸਾਡੇ ਤੋਂ ਥੱਲੇ ਵੱਸਦੀ ਹੈ, ਅਸੀਂ ਧਰਤੀ ਦੇ ਉੱਤੇ ਵੱਸਦੇ ਹਾਂ। ਪਰ ਲੋਕਤੰਤਰ ਹੈ, ਇਹ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਲੋਕ ਜਦੋਂ ਚਾਹੁਣ ਬੰਦਾ ਅਰਸ਼ 'ਤੇ, ਲੋਕ ਜਦੋਂ ਚਾਹੁਣ ਬੰਦਾ ਫਰਸ਼ 'ਤੇ, ਵੱਡੇ ਵੱਡੇ ਲਾ ਲਏ। ਸੋ ਮੈਂ ਤੁਹਾਡਾ ਇਸ ਗੱਲੋਂ ਇੱਜ਼ਤ ਮਾਣ ਬਹੁਤ ਮੇਰੇ ਦਿਲ 'ਚ ਵਧਿਆ ਕਿ ਤੁਸੀਂ ਇੰਨਾ ਪਿਆਰ ਸਤਿਕਾਰ ਇੰਨੇ ਕਾਫੀ ਗਰਮੀ ਦੇ ਬਾਵਜੂਦ ਬੈਠੇ ਹੋ, ਅਤੇ ਹੁਣੇ ਤੁਸੀਂ ਦੇਖ ਲਓਗੇ TV 'ਤੇ, ਤੁਹਾਡੇ ਮੋਬਾਈਲਾਂ 'ਤੇ ਆ ਜਾਊਗਾ, ਜਾ ਕੇ ਦਰਬਾਰ ਸਾਹਿਬ ਮੱਥਾ ਟੇਕੂੰਗਾ, ਸਾਰੇ ਪੰਜਾਬ ਦੀ ਅਰਦਾਸ ਕਰੂੰਗਾ। ਹੇ ਪਰਮਾਤਮਾ, ਪੰਜਾਬ ਨੂੰ ਸੂਲੀ 'ਤੇ ਜਿਹੜਾ ਟੰਗਿਆ ਇਹਨਾਂ ਨੇ ਲੀਡਰਾਂ ਨੇ, ਉਹਨਾਂ ਤੋਂ ਖੈੜਾ ਛਡਾ, ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਪਾ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦੇ, ਇਨਕਲਾਬ ਬੋਲੇ ਸੋਨਿਆਲ। ਹੌਲੀ ਜਾਇਓ, ਆਰਾਮ ਨਾਲ ਜਾਇਓ, ਬੱਚੇ ਵੀ ਨੇ, ਬਜ਼ੁਰਗ ਵੀ ਨੇ, ਮਾਵਾਂ ਭੈਣਾਂ ਵੀ ਨੇ, ਤੁਹਾਡੀ ਬਹੁਤ ਲੋੜ ਹੈ। ਜਦੋਂ ਕਹੋਗੇ ਦੁਬਾਰਾ ਹਾਜ਼ਰ ਹੋ ਜੂੰਗਾ,
ਜੱਦੇ ਕਹੋਗੇ ਦੁਬਾਰਾ ਆ ਜਾਊਂਗਾ। ਸੋ ਕੋਈ ਜੇ ਕਿਸੇ ਨੇ ਕੋਈ ਮੰਗ ਪੱਤਰ ਜਾਂ ਕੋਈ ਸੁਝਾਅ ਦੇਣਾ ਇਧਰਲੇ ਪਾਸੇ ਆ ਜਿਓ, ਉਹਦੇ ਉੱਤੇ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਅਸੀਂ ਫਿਰ ਜੇ ਕੋਈ ਵਾਧ ਘਾਟ ਹੋਈ ਕੋਈ ਕਾਗਜ਼ਾਂ ਦੀ ਅਸੀਂ ਉਹ ਫਿਰ ਮੰਗਵਾ ਲਾਂਗੇ ਤੁਹਾਡੇ ਤੋਂ, ਕਿਉਂਕਿ ਮੈਂ ਇਸੇ ਕੰਮ ਹੀ ਆਇਆ। ਮੈਂ ਕਹਿੰਦਾ ਜਿਹਨੇ ਮਿਲਣਾ ਚਾਹੁੰਦਾ ਕੋਈ ਮੈਨੂੰ ਮਿਲੇ, ਕੋਈ ਗੱਲ ਨਹੀਂ, ਆਪਾਂ ਮਿਲਣ ਵਾਸਤੇ ਬਣਿਆ ਜੀ, ਆਪਾਂ ਉਹਨਾਂ ਵਾਂਗੂ ਤਾਂ ਕਰਦੇ ਨਹੀਂ। ਸੋ ਜਿਹੜਾ ਵੀ ਮੰਗ ਪੱਤਰ ਉੱਤੇ ਫੋਨ ਨੰਬਰ ਜ਼ਰੂਰ ਲਿਖ ਦਿਓ ਤਾਂ ਕਿ ਫੋਨ ਤੁਹਾਨੂੰ ਆ ਜੂਗਾ, ਕੱਲ੍ਹ ਨੂੰ ਜਾਂ ਪਰਸੋਂ ਨੂੰ ਫੋਨ ਆ ਜੂਗਾ। ਬਹੁਤ ਬਹੁਤ ਤੁਹਾਡਾ ਧੰਨਵਾਦ, ਬਹੁਤ ਬਹੁਤ ਤੁਸੀਂ ਪਿਆਰ ਸਤਿਕਾਰ ਦਿੱਤਾ। ਜਿਉਂਦੇ ਵਸਦੇ ਰਹੋ, ਜ਼ਿੰਦਾਬਾਦ ਰਹੋ, ਆਬਾਦ ਰਹੋ। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममून पठानकोट। कॉन्टैक्ट 9614196141।